ਸੀ ਮੈਂ ਇਲੈਕਸ਼ਨ ਨਹੀਂ ਲੜਨਾ ਇਹ ਲਿਖਾਇਆ ਜੋਗਿੰਦਰ ਸਿੰਘ ਨੇ ਇਲੈਕਸ਼ਨ ਨਹੀਂ ਲੜਨਾ ਮਹਾਂਪੁਰਖਾਂ ਦੀ ਸੇਵਾ ਕਰੇ ਦੂਜੇ ਤੇ ਲਿਖਿਆ ਚੰਨਣ ਸਿੰਘ ਨੇ ਇਲੈਕਸ਼ਨ ਨਹੀਂ ਲੜਨਾ ਮਹਾਂਪੁਰਖਾਂ ਦੀ ਸੇਵਾ ਕਰੇ ਦੋਨੋਂ ਪਰਚੀਆਂ ਗੋਲ ਕਰਕੇ ਗੁਰੂ ਸਾਹਿਬ ਦੇ ਉੱਪਰੋਂ ਅਰਦਾਸ ਕਰਕੇ ਸਿੱਟ ਦੀਆਂ ਇਹ ਪਰਚੀ ਪਾਉਣ ਦਾ ਤਰੀਕਾ ਦੋਨੋਂ ਉੱਪਰੋਂ ਸਿੱਟ ਦੀਆਂ ਜਿਹੜੀ ਅੱਗੇ ਚਲੀ ਜਾਏ ਉਹ ਚੱਕ ਲੈਣੀ ਜਿਹੜੀ ਪਰਚੀ ਨਿਕਲ ਆਵੇ ਉਹ ਹੁਕਮ ਚੱਕਣਾ ਉਹ ਤਾਂ ਇਲੈਕਸ਼ਨ ਲੜਨ ਨੂੰ ਚੰਗਾ ਸੋਭ ਸਮਝਦੇ ਆ ਨਾ ਬਾਬਾ ਜੀ ਦੀ ਮਹਾਂਪੁਰਖਾਂ ਨੂੰ ਸੇਵਾ ਨੂੰ ਚੰਗਾ ਸਮਝਦੇ ਆ ਵੀ ਇਹ ਉੱਤਮ ਇਹ ਗੁਰੂ ਸਾਹਿਬ ਦੇਣਗੇ ਦਾਤ ਝੂਠੀ ਸਿਆਸਤ ਦੀ ਕਹਿੰਦੇ ਜਿੰਦੀ ਇਹ ਪਰਚੀ ਨਿਕਲ ਆਏਗੀ ਉਹ ਸੇਵਾ ਕਰੇਗਾ ਜੇ ਚੰਨਣ ਸਿਆਹ ਤੇਰੀ ਪਰਚੀ ਆ ਗਈ ਅੱਗੇ ਤੇ ਤੂੰ ਸੇਵਾ ਕਰਨੀ ਇਹ ਨਹੀਂ ਜੇ ਤੇਰੀ ਅੱਗੇ ਆ ਗਈ ਤੇ ਤੂੰ ਇਲੈਕਸ਼ਨ ਲੜਨਾ ਹੈ ਤੇਰੀ ਅੱਗੇ ਆ ਗਈ ਤੇ ਤੂੰ ਇਲੈਕਸ਼ਨ ਝੂਠੀ ਚੀਜ਼ ਝੂਠੀ ਦੀ ਕੀਮਤ ਬਾਬਾ ਜੀ ਨੇ ਝੂਠੀ ਦੀ ਕੀਮਤ ਨਹੀਂ ਪਵਾਈ ਜੋਗਿੰਦਰ ਸਿੰਘ ਇਲੈਕਸ਼ਨ ਨਹੀਂ ਲੜਨਾ ਮਹਾਂਪੁਰਖਾਂ ਦੀ ਸੇਵਾ ਕਰ ਛੱਡ ਇਲੈਕਸ਼ਨ ਇਹ ਲਿਖ ਕੇ ਬਈ ਚੰਨਣ ਸਿੰਘ ਇਲੈਕਸ਼ਨ ਨਹੀਂ ਲੜਨਾ ਮਹਾਂਪੁਰਖਾਂ ਦੀ ਸੇਵਾ ਕਰ ਜਦੋਂ ਦੋਨੋਂ ਪਰਚੀਆਂ ਪਾਈਆਂ ਤੇ ਜਿਹੜੀ ਪਰਚੀ ਅੱਗੇ ਆਈ ਨਾ ਉਹ ਚੱਕੀ ਉਹਦੇ ਤੇ ਲਿਖਿਆ ਸੀ ਜੋਗਿੰਦਰ ਸਿੰਘ ਇਲੈਕਸ਼ਨ ਨਹੀਂ ਲੜਨਾ ਤੂੰ ਮਹਾਂਪੁਰਖਾਂ ਦੀ ਸੇਵਾ ਕਰ ਜੋਗਿੰਦਰ ਸਿੰਘ ਦੀ ਪਰਚੀ ਨਿਕਲੀ ਨਿਕਲੀ ਕਾਹਦੀ ਸਾਧਗੁਰਾਂ ਦੀ ਸੇਵਾ ਦੀ ਸੱਤ ਵਚਨ ਆਖਤਾ ਜੋਗਿੰਦਰ ਸਿੰਘ ਨੇ ਕਿਉਂਕਿ ਪਹਿਲੇ ਮਨ ਬਣਾਏ ਸੀ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੇ ਸਾਨੂੰ ਜੀਵਨ ਦੀ ਜਾਚ ਕੌਣ ਸਿਖਾਵੇ ਸਾਨੂੰ ਭਗਤੀ ਕਰਨ ਦੀ ਜਾਚ ਨਹੀਂ ਧਰਮ ਕਵਾਉਣ ਦੀ ਜਾਚ ਨਹੀਂ ਅਸੀਂ ਕਸਤੂਰੀ ਕੇ ਭੋਲੜੇ ਗੰਦੇ ਡੁੰਮ ਪਈ ਆਸ ਕਹਿੰਦੇ ਮੈਂ ਕਸਤੂਰੀ ਦੇ ਭੁਲੇਖੇ ਗੰਦੇ ਛੱਪੜ 'ਚ ਜਾ ਡਿੱਗੀ ਭੁਲੇਖਾ ਕਸਤੂਰੀ ਦਾ ਪਿਆ ਜੋਗਿੰਦਰ ਸਿੰਘ ਭਾਈ ਇਲੈਕਸ਼ਨ ਨਹੀਂ ਲੜਨਾ ਸੇਵਾ ਕਰੇ ਮਹਾਂਪੁਰਸ਼ਾਂ ਕੋਲ ਚੰਨਣ ਸਿੰਘ ਢਿੱਲਾ ਹੋ ਗਿਆ ਕਿ ਹੁਣ ਤਾਂ ਮੇਰੇ ਮੁਕਾਬਲੇ ਹੀ ਕੋਈ ਨਹੀਂ ਅਤੇ ਇਲੈਕਸ਼ਨ ਜਿੱਤੀ ਜਾਣਾ ਜੋਗਿੰਦਰ ਸਿੰਘ ਦੇ ਨਾਲ ਦੇ ਬੰਦਿਆਂ ਨੇ ਆਖਿਆ ਬਈ ਆਹ ਤਾਂ ਕੰਮ ਗਲਤ ਹੋ ਗਿਆ ਜੋਗਿੰਦਰ ਸਿੰਘ ਐਡੇ ਸਾਡੇ ਜ਼ੋਰ ਲੱਗੇ ਪਤਾ ਨਹੀਂ ਅਸੀਂ ਕਿੱਥੇ ਕਿੱਥੇ ਲੜਾਈਆਂ ਮੁੱਲ ਲਈਆਂ ਤੇਰੇ ਪਿੱਛੇ ਕਹਿੰਦਾ ਜੀ ਮੈਂ ਬਾਬਾ ਜੀ ਤੋਂ ਝੂਠੇ ਨਹੀਂ ਪੈਣਾ ਉਸ ਦਿਨ ਬਾਬਾ ਜੀ ਨੇ ਜਿਹੜੀ ਕਥਾ ਕੀਤੀ ਨਾ ਜਦੋਂ ਇਹ ਦੋਨੋਂ ਆਣ ਕੇ ਬੈਠੇ ਸੰਗਤ 'ਚ ਅਤੇ ਮਹਾਂਪੁਰਖਾਂ ਨੇ ਕਥਾ ਕਿਹੜੀ ਕੀਤੀ ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਘਰ ਮੰਦੀ ਵਾਸ ਕਹਿੰਦੇ ਸ਼ਰਾਬ ਵਿੱਚ ਪਾ ਕੇ ਭਾਈ ਕੁੱਤੇ ਦਾ ਮਾਸ ਰਿੰਨਿਆ ਅਤੇ ਰਿੰਨਿਆ ਬੰਦੇ ਦੀ ਖੋਪਰੀ 'ਚ ਇਹ ਉਸ ਦਿਨ ਬਾਬਾ ਜੀ ਨੇ ਦੋਨਾਂ ਨੂੰ ਕੋਲ ਬਿਠਾ ਕੇ ਦੋਨੋਂ ਪਾਰਟੀਆਂ ਬੈਠੀਆਂ 13 ਪਿੰਡਾਂ ਦਾ ਇਕੱਠ ਹੋਇਆ 13 ਪਿੰਡਾਂ ਦੇ ਲੋਕ ਸੀ ਇਲੈਕਸ਼ਨ 'ਚ ਪੰਚ ਸਰਪੰਚ ਸਾਰੇ ਆਏ ਅਤੇ ਦੋਨੋਂ ਪਾਰਟੀਆਂ ਆਈਆਂ ਵੀ ਇੱਕ ਨੂੰ ਬਾਬਾ ਜੀ ਨੇ ਬਿਠਾ ਦੇਣਾ ਹੈ ਇੱਕ ਪਾਰਟੀ ਹੀ ਰਹੇਗੀ ਰੌਲਾ ਖਤਮ ਹੋ ਜਾਏਗਾ ਬਾਬਾ ਜੀ ਨੇ ਬਚਨ ਕੀਤੇ ਭਾਈ ਮੱਧ ਵਿੱਚ ਰਿੱਧਾ ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ ਕੁੱਤੇ ਦਾ ਮਾਸ ਸ਼ਰਾਬ 'ਚ ਪਾ ਕੇ ਰਿੰਨਿਆ
ਤਾਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ ਅੱਖਰ ਸਹੀ ਬਣੇਗਾ ਤਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ ਬੰਦੇ ਦੀ ਖੋਪਰੀ ਚ ਮਾੜੀ ਭਾਵਨਾ ਨਾਲ ਗੰਦੀ ਭਾਵਨਾ ਨਾਲ ਭਾਵਨਾ ਸ਼ੁੱਧ ਹੋਵੇ ਤੇ ਕਾਰਜ ਸ਼ੁੱਧ ਭਾਵਨਾ ਵੀ ਗੰਦੀ ਤੇ ਬੰਦੇ ਦੀ ਖੋਪਰੀ ਚ ਰੱਖਿਆ ਵੀ ਗੰਦ ਹਾਂਜੀ ਰੱਤੂ ਭਰਿਆ ਕੱਪੜਾ ਕਰ ਕੰਜਮ ਤਾਸ ਰੱਤ ਦਾ ਭਿੱਜਿਆ ਹੋਇਆ ਕੱਪੜਾ ਉਹਦੇ ਉੱਤੇ ਪਾਇਆ ਫਿਰ ਬੰਦੇ ਕੁੱਤੇ ਦਾ ਮਾਸ ਸ਼ਰਾਬ ਚ ਪਾ ਕੇ ਰਿੰਨਿਆ ਬੰਦੇ ਦੀ ਖੋਪਰੀ ਚ ਮਾੜੀ ਵਾਸ਼ਨਾ ਨਾਲ ਤੇ ਲਹੂ ਦਾ ਭਿੱਜਿਆ ਕੱਪੜਾ ਪਾਇਆ ਉੱਤੇ ਤੱਕ ਲੈ ਚੱਲੀ ਚੂੜੀ ਕਰ ਭੋਗ ਬਿਲਾਸ ਬਹੁਤ ਗੰਦੀ ਔਰਤ ਨੀਵੀਂ ਗਿਰੀ ਹੋਈ ਅਸੂਲਾਂ ਤੋਂ ਗਿਰੀ ਹੋਈ ਅੱਤ ਦੀ ਬਦਨਾਮ ਔਰਤ ਉਹਨੂੰ ਢੱਕ ਕੇ ਲੈ ਚੱਲੀ ਆਖ ਸੁਣਾ ਪੁੱਛਿਆ ਲਾਹੇ ਵਿਸ਼ਵਾਸ ਕਿਸੇ ਨੇ ਪੁੱਛਿਆ ਵੀ ਇਹ ਕੀ ਹੈ ਜਿਹੜਾ ਤੂੰ ਢੱਕ ਕੇ ਲੈ ਚੱਲੀਏ ਤੇ ਇਹਨੂੰ ਢੱਕਿਆ ਕਿਉਂ ਇਹ ਹੈ ਕੀ ਇਹਦੇ ਚ ਕਹਿਣ ਲੱਗੀ ਵੀ ਇਹ ਆ ਕੁੱਤੇ ਦਾ ਮਾਸ ਸ਼ਰਾਬ ਚ ਪਾ ਕੇ ਰਿੰਨਿਆ ਏ ਬੰਦੇ ਦੀ ਖੋਪਰੀ ਚ ਰਿੰਨਿਆ ਮਾਸ ਤੇ ਰੱਤ ਦਾ ਭਿੱਜਿਆ ਕੱਪੜਾ ਦਿੱਤਾ ਏ ਲੈ ਕੇ ਮੈਂ ਚੱਲੀ ਆਪਣੇ ਦੋਸਤ ਵਾਸਤੇ ਤੇ ਇਹਨੂੰ ਬਈ ਤੂੰ ਢੱਕਿਆ ਕਿ ਹੋਏ ਹਾਂ ਅੱਗੇ ਨਦਰੀ ਪਵਿਆ ਕਿਰਤ ਕਣ ਮਤ ਹੋਏ ਵਿਹਾਸ ਗੰਦੇ ਤੋਂ ਵੀ ਗੰਦਾ ਕਿਰਤ ਕਣ ਮਾੜੇ ਤੋਂ ਵੀ ਮਾੜਾ ਕੀ ਤੈਨੂੰ ਨਾ ਜਾਣਨ ਵਾਲਾ ਇਸ ਕਰਕੇ ਮੈਂ ਇਹਨੂੰ ਢੱਕਿਆ ਏ ਕਿ ਕਿਤੇ ਕਿਰਤ ਕਣ ਦੀ ਨਿਗਾਹ ਨਾ ਪੈ ਜਾਵੇ ਅਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇਹ ਖਰਾਬ ਹੋ ਜਾਏਗਾ ਗੰਦਾ ਗੰਦੀ ਵਸਤੂ ਮਾੜੀ ਸ਼ਰਾਬ ਕੁੱਤੇ ਦਾ ਮਾਸ ਬੰਦੇ ਦੀ ਖੋਪਰੀ ਅੱਤ ਦੇ ਅਸੂਲਾਂ ਤੋਂ ਗਿਰੀ ਹੋਈ ਔਰਤ ਰੱਤ ਦਾ ਭਿੱਜਿਆ ਹੋਇਆ ਕੱਪੜਾ ਪਰ ਇਸ ਕਰਕੇ ਆ ਕਿ ਕਿਰਤ ਘਣ ਨਾ ਕਿਤੇ ਨਿਗਾਹ ਪੈ ਜੇ ਅਕਿਰਤ ਘਣ ਇੰਨਾ ਮਾੜਾ ਹੈ ਕਿ ਤੈਨੂੰ ਨਾ ਜਾਣਨ ਵਾਲਾ ਬਾਬਾ ਜੀ ਨੇ ਦੋਨਾਂ ਨੂੰ ਸਮਝਾਇਆ ਕਿ ਅਕਿਰਤ ਘਣ ਦੀ ਕਿਤੇ ਨਿਗਾਹ ਨਾ ਪੈ ਜਾਵੇ ਅਕਿਰਤ ਘਣ ਇੰਨਾ ਮਾੜਿਆ ਤੇ ਕਿਰਤ ਘਣ ਨਾ ਬਣਿਓ ਭਾਈ ਅੱਜ ਗੁਰੂ ਨਾਨਕ ਦੇ ਘਰੋਂ ਦਾਤ ਮਿਲਣੀ ਏ ਇੱਕ ਪਾਸੇ ਪਦਵੀ ਝੂਠੀ ਇੱਕ ਪਾਸੇ ਪਦਵੀ ਸੱਚੀ ਸੱਚੀ ਪਦਵੀ ਕਿਹੜੀ ਏ ਆਮ ਮੋਹੇ ਜੀਵਨ ਪਦਵੀ ਪਾਈ ਅਬ ਮੋਹੇ ਜੀਵਨ ਪਦਵੀ ਪਾਏ ਜੀਤ ਆਇਓ ਮਨ ਪੁਰਖ ਦਿਦਾਤਾ ਸੰਤਨ ਕੀ ਸਰਲਾਈ ਬਾਬਾ ਜੀ ਨੇ ਲਿਖਿਆ ਸੀ ਵੀ ਜੋਗਿੰਦਰ ਸਿੰਘ ਲੈਕਚਰ ਨਹੀਂ ਲੜਨਾ ਮਹਾਂਪੁਰਖਾਂ ਦੀ ਸੇਵਾ ਕਰ ਇਹ ਆ ਜੀਵਨ ਪਦਵੀ ਸੰਤਨ ਕੀ ਸ਼ਰਨ ਆਈ ਰੱਬ ਚਿੱਤ ਵਿੱਚ ਆਇਆ ਏ ਸਾਧੂ ਦੀ ਸ਼ਰਨ ਬਾਬਾ ਜੀ ਕੋਲ ਜੋਗਿੰਦਰ ਸਿੰਘ ਸੇਵਾ ਕਰਿਆ ਕਰਦਾ ਸੀ ਜੈਲਦਾਰ ਸੀ ਉੱਚੋ ਵਾਲਿਆਂ ਕੋਲ ਵੀ ਦੋ ਤਿੰਨ ਵਾਰੀ ਬਾਬਾ ਨਰ ਸਿੰਘ ਜੀ ਨਾਲ ਲੈ ਕੇ ਗਏ ਸੀ ਬਹੁਤ ਵੱਡਾ ਪੈਸੇ ਵਾਲਾ ਅਮੀਰ ਆਦਮੀ ਜੈਲਦਾਰ ਜੈਲਦਾਰੀਆਂ ਮਿਲੀਆਂ ਹੋਈਆਂ ਸੀ ਬਾਬਾ ਜੀ ਬੜਾ ਮਾਣ ਵੀ ਦਿੰਦੇ ਸੀ ਨਾਲ ਵੀ ਰੱਖਦੇ ਸੀ ਤੇ ਨਾਲ ਬਾਬਾ ਜੀ ਨੇ ਅੱਜ ਦੋਨਾਂ ਨੂੰ ਚੰਨਣ ਸਿੰਘ ਵੀ ਬੜਾ ਪਿਆਰਾ ਸੇਵਕ ਤੇ ਜੈਲਦਾਰ ਜੋਗਿੰਦਰ ਸਿੰਘ ਜੀ ਦੋਵੇਂ ਦੋਵਾਂ ਨੂੰ ਅੱਜ ਬਾਬਾ ਜੀ ਨੇ ਕਿਰਤ ਘਣ ਵਾਲੀ ਸਾਖੀ ਸੁਣਾਈ ਹੈ ਕਿਰਤ ਘਣ ਵੀ ਕੋਈ ਕਿਰਤ ਘਣ ਨਾ ਬਣ ਜਿਓ ਇਹ ਝੂਠੀ ਪਦਵੀ ਪਿੱਛੇ ਤੁਸੀਂ ਇਲੈਕਸ਼ਨ ਲੜ ਕੇ ਸੰਗੀ ਸੰਗੀ ਵਿਰੋਧਤਾ ਕਰ ਰਹੇ ਹੋ ਸਿੱਖ ਸਿੱਖ ਨਾਲ ਲੜੇ ਉਹ ਵੀ ਗਲਤ
संगी संगी नाल झगड़े पावे ते महापुरशां दी अत नाराजगी हुंदी। सत संगी सत संगियां नाल प्यार करे उन्हां दी अत दी खुशी हुंदी। जोगिंदर सिंह नूं बंदियां ने चक चुक के ना, उन्हां समयां च वोटां पैंदियां सी, सारियां दी नहीं पैंदियां सी। जिंदे कोल कोई जमीन जायदाद ते गिनती दे बंदियां दी वोट पाई जांदी सी, एवें लोगों की गिनती नहीं की जाती सी। जेडे कोई चार पैसे वाले सी, चार किल्लिया जमीन वाले सी, उनकी वोट पैंदी सी, दूजी नहीं किसी की वोट पैंदी सी। गिनती दे बंदियां दी वोटां पैंदियां सी। 13 पिंडां दे इलैक्शन सी, ते बाबा जी ने जोगिंदर सिंह नूं मना करता, परची निकली। जोगिंदर सिंह दे साथियों ने चुक चक के भी असी करांगे, तू बाबा जी को कह दी जी मैनू नहीं पता, मेरे थरड़े बंदियां ने इंज करता, इलैक्शन तां आपां लड़ना ही लड़ना, बाबियां नूं की पता। मसा ए समा बनिया है, इत्थे आपां रह गए तो फिर अगे गांह की करांगे। सरदार जी बस ऐसिया हवा पुठियां पढ़ाइया, जोगिंदर सिंह नूं कुसंगत दी मार पै गई। आखो सी ये सब तो माड़ी है कुसंगत, गुरु प्रति महापुरशां प्रति खोटे ख्याल कोई तुहाडे अंदर वसा दे ते तुहानूं महापुरखां दे गुरु ते शंका आ जाए, गुरु दी बाणी ते शंका आ जाए, गुरुआं दे जीवन ते शंका आ जाए। ये सब तो माड़ी कुसंगत है। ये तो अरदास करनी है, महाराज बख्शिया का मेला बख्शी, डिगे तके निंदक दी संगत ना देवी, जिंदे मिलने करके तू विसर जावी। माड़े बंदे दी संगत दरगाहों धक्का दे दिंदी, रब विसर जांदा। अपनी गोद विच रखना जी, कलयुग दे पत्ते चोले, अपनी गोद विच रखना जी, कलयुग दे पत्ते चोले, अपनी गोद विच रखना जी, कलयुग दे पत्ते चोले, अपनी गोद विच रखना जी, कलयुग दे पत्ते चोले, अपनी गोद विच रखना जी, कलयुग दे पत्ते चोले, अपनी गोद विच रखना जी, कलयुग दे। माड़े बंदियां दी संगत बहुत माड़ी है। एक कहानी है, किसी नूं सहुरिआं तों बकरी मिली सी ते राज ठग्गा ने सलाह कर ली भी इहनूं इहदे तों खोहणी है। 5-7 राज खड़ गए, कहिंदे कुत्ती कित्थे लै के चलिआ, उह कहिंदा बकरी है सहुरिआं ने दित्ती। अगे फिर दूजा ठग मिलिआ भी आ कुत्ती कित्थे लै के चलिआ, उहने आख्या भी कितें कुत्ती ना होवे लोक कहिंदे आ। तीजा चौथे ने जदों कहा ना भी कुत्ती कित्थे लै के चलिआ, ए कहिंदा बकरी है, वह कहिंदे कुत्ती है मूर्खा, देखता सी उहने मारी चक्के भी सहुरिआं ने मैनूं कुत्ती दे दित्ती। वह ठग लै गया चक्के, भज गया। वह कहिंदा कित्थे चलिआ, बस कहिंदा आही कम सी साडा, इह तां बकरी दी कुत्ती बना दिंदे आ लोक गल्लां कर करके, गल्लां कर करके तुहानूं सिद्ध कर देणगे वी तुसीं एवें बाबिआं मगर लगे। गुरु साहिब नूं मन्नो, गुरु ग्रंथ साहिब नूं मन्नो। वाज कर भाई थोड़ी सही, तेरे कम सैट जाणी। तुसीं किधर तुरे फिरदे जी, बस एवें ही भुलेखे पा देणगे, रस्ता ही साधु वाल दी।
ਇੱਕ ਵਾਰੀ ਅਸੀਂ ਦਿਵਾਣ ਲੱਗਿਆ ਸੀ, ਅਕਾਲੀ ਗੁਰਮੁਖ ਪਿਆਰੇ ਵੀ ਬੈਠੇ ਸੀ। ਮੈਂ ਕਿਹਾ ਅਕਾਲੀਓ ਤੁਸੀਂ ਮਾਣ ਤਾਂ ਬੜਾ ਕਰਦੇ ਜੀ ਵੀ ਅਸੀਂ ਸਾਡਾ ਹੀ ਪੰਥ, ਅਸੀਂ ਸਿੱਖਾਂ ਦਾ ਸਾਧ ਫਿਰਦੇ ਹਾਂ। ਮੈਂ ਕਿਹਾ ਜਿੰਨੀ ਸੰਗਤ ਕੋਈ ਹੱਥ ਖੜਾ ਕਰੇ ਵੀ